ਮੇਰਾ ਲੱਗੇ 10 ਲੱਖ, ਮੇਰਾ ਲੱਗੇ 20 ਲੱਖ, ਮੈਂ ਭੂਤੀਆਂ ਘੁਮਾ ਦਿੰਦੀ ਸਾਰਿਆਂ ਦੀ, ਤੁਹਾਨੂੰ ਦੱਸਦਾ ਤੁਸੀਂ ਠੀਕ ਆਉਣੀ ਆ। ਮੈਂ ਹੁਣ ਤੁਹਾਨੂੰ ਇਹ ਕਹਿ ਰਿਹਾ ਵੀ ਮੇਰਾ 20 ਲੱਖ, ਮੇਰਾ 50 ਲੱਖ ਵੀ ਲੱਗ ਗਿਆ, ਮੇਰਾ 1 ਕਰੋੜ ਵੀ ਲੱਗ ਗਿਆ ਨਾ, ਮੈਂ ਭੂਤੀਆਂ ਘੁਮਾ ਦਿੰਦੀ ਸਾਰਿਆਂ ਨੂੰ। ਚਲੋ ਠੀਕ ਹੈ, ਮੈਂ ਅੱਜ ਹੀ ਡੀ ਆਈ ਜੀ ਸਾਹਿਬ ਨੂੰ ਫੋਨ ਕਰ ਦੇਣਾ ਆ, ਆਸ਼ੀਸ਼ ਚੌਧਰੀ ਸਾਹਿਬ ਨੂੰ ਜੀ, ਉਹ ਛੁੱਟੀ ਤੇ ਸੀਗੇ, ਮੇਰੀ ਗੱਲ ਨਹੀਂ ਹੋਈ ਹੈਗੀ ਉਹਨਾਂ ਦੀ। ਹੋਰ ਮੈਂ ਹੁਣ ਤੁਹਾਨੂੰ ਦੱਸੂਗਾ ਵੀ ਤੁਸੀਂ ਹਰਾਸਮੈਂਟ ਕਿਸੇ ਨੂੰ ਕਿਵੇਂ ਕਰੀਦਾ। ਮੇਰੇ ਮੇਰੇ ਨਾਲ ਕੋਈ ਗੱਲ ਨੀ ਹੋਈ ਪੈਸੇ ਦੀ, ਹਾਂ ਤੇ ਇੰਨੇ ਪੈਸੇ ਕੱਟਾਂਗੇ, ਉਹ ਸਾਲੇ ਕੰਮ ਦੀ ਤਾਂ ਹੋਈ ਜਾਵੇ, ਕੰਮ ਕਰੇਗਾ ਮੇਰੇ ਨਾਲ ਗੱਲ ਹੋਈ ਹੈ ਗੱਲ ਕਰਦਾ। ਮੈਂ ਕਿਹਾ ਥੋੜਾ ਕੱਚ ਦੇਣਾ ਯਾਰ, ਤੂੰ ਸਾਲਾ ਕਿਆ ਕਰ ਦੇਣਾ ਕੀ ਜਾਣਾ, ਪੈਸੇ ਦੇ ਕੇ ਆਏ ਵੀਰੇ, ਮੈਂ ਪੁੱਛ ਤੇਰੇ ਭਰਾ ਥੱਲੇ ਆ, ਤੂੰ ਦਿਮਾਗ ਸਾਡੀ ਵੱਡੇ ਅਫਸਰਾਂ ਦੇ ਨਾਲ ਯਾਰੀ ਹੈ, ਭਾਵੇਂ 50 ਲੱਖ ਲੱਗੇ, ਤੁਹਾਡਾ ਭੂਤਾ ਅਸੀਂ ਬਣਾਵਾਂਗੇ। ਇਹ ਧਮਕੀਆਂ ਇੱਕ ਗਰੀਬ ਪਰਿਵਾਰ ਦੇ ਸ਼ਖਸ ਚਮਕੀਲਾ ਸਿੰਘ ਨੂੰ ਇੱਕ ਏਜੰਟ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਸ਼ਖਸ ਨਾਲ ਏਜੰਟ ਨੇ ਠੱਗੀ ਮਾਰੀ ਹੈ, ਵਰਕ ਪਰਮਿਟ ਕਹਿ ਕੇ ਟੂਰਿਸਟ ਵੀਜ਼ਾ ਲਗਵਾ ਦਿੱਤਾ। ਸ਼ਖਸ ਦਾ ਦੁਬਈ ਦੇ ਵਿੱਚ ਕੁੱਟ ਕੁੱਟ ਕੇ ਬੁਰਾ ਹਾਲ ਵੀ ਕੀਤਾ ਗਿਆ। ਏਜੰਟ ਦੇ ਭਰਾ ਨੇ ਸ਼ਖਸ ਦੀ ਦੁਬਈ ਦੇ ਵਿੱਚ ਬਾਂਹ ਵੀ ਤੋੜ ਦਿੱਤੀ। ਬਾਂਹ ਦਾ ਹਾਲ ਦੇਖੋ ਕੀ ਹੋ ਗਿਆ ਹੈ। 15 ਦਿਨ ਇਸ ਸ਼ਖਸ ਨੂੰ ਬਾਥਰੂਮ ਦੇ ਵਿੱਚ ਬੰਦ ਰੱਖਿਆ ਗਿਆ, ਭੁੱਖਾ ਪਿਆਸਾ, ਇਸ ਨੂੰ ਪਾਣੀ ਵੀ ਨਹੀਂ ਦਿੱਤਾ ਪੀਣ ਨੂੰ। ਤਾਂ ਦੱਸ ਦਈਏ ਕਿ ਵਿਆਜ ਤੇ ਪੈਸੇ ਚੁੱਕ ਕੇ ਇਸ ਸ਼ਖਸ ਨੇ ਵੀਜ਼ੇ ਦੀ ਫੀਸ ਭਰੀ ਸੀ। ਫੀਸ ਘੱਟ ਗਈ ਤਾਂ ਇਸ ਨੇ ਆਪਣਾ ਮੋਟਰਸਾਈਕਲ ਵੀ ਗਿਰਵੀ ਰੱਖ ਦਿੱਤਾ। ਗਰੀਬ ਪਰਿਵਾਰ ਦੇ ਵਿੱਚੋਂ ਹੈ ਪੀੜਿਤ ਚਮਕੀਲਾ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ। ਚੰਗਾ ਭਵਿੱਖ ਦੇਖਣ ਲਈ, ਬੱਚਿਆਂ ਦੀ ਖੁਸ਼ਹਾਲੀ ਦੇ ਲਈ, ਚੰਗਾ ਘਰ ਬਣਾਉਣ ਦੇ ਲਈ, ਅੱਛੇ ਪੈਸੇ ਕਮਾਉਣ ਦੇ ਲਈ ਇਹ ਸੁਪਨਾ ਚਮਕੀਲਾ ਸਿੰਘ ਨੇ ਵੇਖਿਆ ਸੀ। ਬਾਹਰ ਜਾਣ ਦਾ ਇੱਕ ਏਜੰਟ ਇਹਨਾਂ ਦੇ ਹੀ ਪਿੰਡ ਦਾ ਇਹਨਾਂ ਨੂੰ ਟੱਕਰਿਆ। ਤਾਂ ਦਰਅਸਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਏਜੰਟ ਜੋ ਕਿ ਸਮਰਾਲਾ ਦੇ ਪਿੰਡ ਸਲੌਦੀ ਜਿਸ ਦੇ ਸਹੁਰੇ ਸੀ, ਉਹ ਚਮਕੀਲਾ ਸਿੰਘ ਦੇ ਪਰਿਵਾਰ ਨੂੰ ਮਿਲਦਾ ਹੈ, ਭਰੋਸਾ ਦਿਵਾਉਂਦਾ ਹੈ ਕਿ ਦੁਬਈ ਭੇਜ ਦਾਂਗੇ ਇੰਨੇ ਪੈਸਿਆਂ ਦਾ ਪੈਚ, 80,000 ਰੁਪਏ ਦਾ ਇੰਤਜ਼ਾਮ ਕਰ ਲਓ, 80,000 ਲੈ ਲਏ, ਮੋਟਰਸਾਈਕਲ ਵੀ ਲੈ ਲਿਆ ਅਤੇ ਟੂਰਿਸਟ ਵੀਜ਼ਾ ਲਗਵਾ ਦਿੱਤਾ। ਗੱਲ ਵਰਕ ਪਰਮਿਟ ਦੀ ਹੋਈ ਸੀ ਅਤੇ ਲਵਾ ਦਿੱਤਾ ਟੂਰਿਸਟ ਵੀਜ਼ਾ, ਜਿਸ ਤੋਂ ਬਾਅਦ 2 ਮਹੀਨੇ ਤੱਕ ਚਮਕੀਲੇ ਸਿੰਘ ਦੇ ਨਾਲ ਤਸ਼ੱਦਦ ਢਾਇਆ ਗਿਆ। ਚਮਕੀਲਾ ਸਿੰਘ ਦੀ ਪਤਨੀ ਨੇ ਜਦ FIR ਦਰਜ ਕਰਵਾਈ ਤਾਂ ਚਮਕੀਲਾ ਸਿੰਘ ਨੂੰ ਧਮਕੀਆਂ ਆਉਣ ਲੱਗੀਆਂ, ਉਹ ਰਿਕਾਰਡਿੰਗਾਂ ਵੀ ਤੁਹਾਨੂੰ ਸੁਣਾਵਾਂਗੇ। ਅਤੇ ਚਮਕੀਲਾ ਸਿੰਘ ਦਾ ਕੀ ਕਹਿਣਾ ਇਸ ਉੱਪਰ, ਕੀ ਕੁਝ ਹੋਇਆ ਉਸ ਦੇ ਨਾਲ ਦੁਬਈ ਵਿੱਚ, ਉਹ ਵੀ ਸੁਣਦੇ ਹਾਂ। ਮੇਰਾ ਨਾਮ ਮਨਪ੍ਰੀਤ ਕੌਰ ਆ ਜੀ, ਅਤੇ ਅਸੀਂ ਸਲੌਦੀ ਦੇ ਰਹਿੰਦੇ ਹਾਂ ਜੀ। ਮੇਰੇ ਘਰ ਵਾਲੇ ਦਾ ਨਾਮ ਜੀ ਚਮਕੀਲਾ ਸਿੰਘ, ਅਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਦੁਬਈ ਭੇਜਿਆ ਸੀਗਾ। ਉਹਨਾਂ ਨੂੰ ਅਸੀਂ 80,000 ਰੁਪਏ ਦਿੱਤਾ ਸੀ ਜੀ।
ਦਲਪ੍ਰੀਤ ਸਿੰਘ ਨੂੰ ਜੀ। ਉਹ ਕਹਿੰਦੇ ਸੀ ਵਰਕ ਪਰਮਿਟ ਲਾ ਕੇ ਦੇਵਾਂਗੇ ਤੁਹਾਨੂੰ, ਅਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ੇ 'ਤੇ ਹੀ ਭੇਜਿਆ ਵਾ, ਅਤੇ ਉਹਨਾਂ ਨੇ ਸਭ ਤੋਂ ਪੈਸਿਆਂ ਦੀ ਮੰਗ ਵੀ ਕੀਤੀ, ਅਤੇ ਸਾਨੂੰ ਬਹੁਤ ਫੋਨ ਵੀ ਕੀਤੇ, ਤੰਗ ਪਰੇਸ਼ਾਨ ਵੀ ਕੀਤੇ, ਅਸੀਂ ਬਹੁਤ ਜ਼ਿਆਦਾ ਲੋਨ ਵੀ ਲਏ ਹੋਏ ਨੇਗੇ, ਅਤੇ ਉਹਨਾਂ ਦੀ ਅਸੀਂ ਕਿਸ਼ਤਾਂ ਵੀ ਭਰਦੇ ਹੈਗੇ, ਅਤੇ ਅਸੀਂ ਘਰ ਦੇ ਸਾਡੇ ਕਿ ਇੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਬਹੁਤ ਜ਼ਿਆਦਾ। ਕਿ ਮੈਂ ਲੋਨ ਆ ਜਿਹੜਾ ਕਿਵੇਂ ਲਿੱਤਾ ਵਾ, ਗਹਿਣੇ ਗੁਣੇ ਵੀ ਕੁਝ? ਹਾਂਜੀ ਮਤਲਬ ਜਿਹੜੇ ਵੇਚੇ ਹੋਣਗੇ ਵੇਚੇ ਨੇ, ਹਾਂਜੀ ਮੈਂ ਆਪਣੇ ਟੋਪਸ ਨੇ ਜੀ, ਮੇਰੀ ਮੁੰਦੀ ਆ ਜੀ, ਘਰਦਿਆਂ ਦੇ ਮੁੰਦੀ ਆ ਜੀ, ਮਤਲਬ ਸੋਨੇ ਦੇ ਗਹਿਣੇ ਜੀ ਉਹ ਅਸੀਂ ਰੱਖੇ ਹੋਏ ਨੇ। ਤੇ ਹੁਣ ਤੁਹਾਡੇ ਕਿਵੇਂ ਧਮਕੀਆਂ ਕਿਹਨਾਂ ਦੀ ਆ ਰਹੀਆਂ ਤੁਹਾਨੂੰ? ਧਮਕੀ ਸਾਨੂੰ ਕੈਨੇਡਾ ਤੋਂ ਵੀ ਆ ਰਹੇ ਨੇ ਕਈ ਵਾਰ, ਇਹਨਾਂ ਦੇ ਜਿਹੜੇ ਸੋਨੂੰ ਹੋਣੀ ਨੇ ਮਤਲਬ ਕਿ ਦਿਲਪ੍ਰੀਤ ਦੇ ਸਾਲਾ ਜੀ ਨੇ, ਅਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪਰੇਸ਼ਾਨ ਵੀ ਬਹੁਤ ਕਰਦੇ ਨੇ, ਅਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ, ਜੇ ਸਾਡੇ 'ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹਨਾਂ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰਦਿਆਂ ਨੂੰ ਜੀ, ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ। ਤੁਸੀਂ ਕਿੰਨੀ ਤਰੀਕ ਨੂੰ ਜਿਹੜੀ ਰਿਪੋਰਟ ਦਰਜ ਕਰਵਾਈ ਸੀ? ਅਸੀਂ ਮਤਲਬ ਕਿ ਪਹਿਲਾਂ ਤਾਂ ਜੀ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ, ਜਦੋਂ ਮੇਰੇ ਹਸਬੈਂਡ ਨੇ ਆਉਣਾ ਸੀਗਾ ਜੀ, ਉਹਨਾਂ ਤੋਂ ਪਹਿਲਾਂ ਕਰਵਾਈ ਸੀਗੀ, ਜਦੋਂ ਸਾਨੂੰ ਫੋਨ ਕਰਨ ਲੱਗ ਗਏ ਸੀ ਵੀ 2 ਲੱਖ ਦੇਵੋ, 1.5 ਲੱਖ ਦੇਵੋ, ਵੀ ਤਾਂ ਅਸੀਂ ਥੋੜ੍ਹਾ ਬੰਦਾ ਭੇਜਾਂਗੇ, ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਜੀ ਜਿਵੇਂ ਤੁਸੀਂ ਲੈ ਕੇ ਗਏ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦਿਉ, ਅਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ 'ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ, ਤੇਰਾ ਬੰਦਾ ਸਹੀ ਸਲਾਮਤ ਘਰ ਆਊਗਾ। ਇਹਨਾਂ ਨੇ ਮਤਲਬ ਕਿ ਇੱਦਾਂ ਦੀ ਲੈਂਗੁਏਜ 'ਚ ਸਾਡੇ ਨਾਲ ਗੱਲ ਕੀਤੀ ਹੈ ਜੀ, ਮਤਲਬ ਕਿ ਬਹੁਤ ਤੰਗ ਪਰੇਸ਼ਾਨ ਵੀ ਕਰਦੇ ਨੇ, ਪੈਸਿਆਂ ਦੀ ਮੰਗ ਬਹੁਤ ਜ਼ਿਆਦਾ ਕੀਤੀ ਹੈ ਜੀ ਇਹਨਾਂ ਨੇ, ਮਤਲਬ ਕਿ ਅਸੀਂ ਤਾਂ ਇਹੀ ਇਨਸਾਫ ਚਾਹੁੰਦੇ ਵੀ ਸਾਡਾ 6-3 ਸੌ 'ਤੇ ਇਨਸਾਫ ਹੋਵੇ, ਅਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਇਹਨਾਂ 'ਤੇ। ਮੇਰਾ ਨਾਮ ਜੀ ਚਮਕੀਲਾ ਸਿੰਘ ਆ, ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਹਾਂ ਜੀ। ਮੈਂ 17 ਮਾਰਚ 2023 ਨੂੰ ਦੁਬਈ ਗਿਆ ਸੀ ਜੀ, ਜੋ ਕਿ ਦਿਲਪ੍ਰੀਤ ਸਿੰਘ ਸਮਰਾਲੇ ਤੋਂ ਜੀ ਉਹਨਾਂ ਨੇ ਭੇਜਿਆ ਸੀ। ਮੇਰੇ ਨਾਲ ਜੀ 2 ਸਾਲ ਦੇ ਵੀਜ਼ੇ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ। ਉੱਥੇ ਜੀ ਮੇਰੇ ਨਾਲ ਨੇ ਜਾਇਜ਼ ਕੁੱਟਮਾਰ ਕੀਤੀ ਜੀ, ਕੁੱਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬਾਥਰੂਮ 'ਚ ਬੰਦ ਕੀਤਾ ਜੀ ਉਹਨਾਂ ਨੇ। ਫਿਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ। ਉਹਦੇ ਬਾਅਦ 'ਚੋਂ ਜੀ ਮੈਨੂੰ ਪੰਜਾਬ ਹੈਲਪ ਕੇਅਰ ਨੇ ਕਢਵਾਇਆ ਜੀ ਉੱਥੋਂ। ਕੀ ਕੀਤਾ ਗਿਆ ਤੁਹਾਡੇ 'ਤੇ? ਦਸਾਤਾ ਜੀ ਮੇਰੀ ਬਾਂਹ ਜੀ ਪੈਪਾਂ ਪਈਆਂ ਸੀ ਜੀ, ਉਹਨਾਂ ਨੇ ਆਹ ਕੁੱਟਮਾਰ ਕੀਤੀ ਜੀ। ਅਤੇ ਦਿਲਪ੍ਰੀਤ ਦੇ ਭਰਾ ਜੀ ਜੋ ਕਿ ਕਾਲਾ ਜੀ ਉਹਨੇ ਜੀ, ਅਤੇ ਉਹਨੇ ਜਾਇਜ਼ ਕੁੱਟਮਾਰ ਕਰਦੀ ਪਿਆ, ਪੈਸੇ ਡਿਮਾਂਡ ਕਰਦੇ ਹੁੰਦੇ ਸੀ ਮੇਰੇ ਤੋਂ ਘਰੋਂ। ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਵਾ ਇਸ 'ਤੇ? ਹੁਣ ਤੱਕ ਜੀ ਮੈਨੂੰ ਨਾ 6 ਮਹੀਨੇ ਤਨਖਾਹ ਮਿਲੀ ਆ, ਨਾ ਜੀ ਉਹ ਮੇਰਾ ਜਿਹੜਾ 80,000 ਰੁਪਇਆ ਉਹ ਆ ਜੀ, ਇੱਕ ਮੇਰਾ ਮੋਟਰਸਾਈਕਲ ਆ ਜੀ, 38,000 ਰੁਪਇਆ ਜੀ ਮੈਂ ਇਹਨੂੰ ਗੂਗਲ ਪੇ ਕੀਤਾ ਹੋਇਆ ਜੀ। ਨਹੀਂ ਮੋਟਰਸਾਈਕਲ ਤੁਹਾਡਾ ਕਦੋਂ ਲਿਆ ਜੀ ਉਹਨਾਂ ਨੇ? ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਜੀ, ਟਿਕਟ ਨੂੰ ਪੈਸੇ ਘੱਟਦੇ ਸੀ ਮੇਰੇ ਕੋਲ, ਉਹ ਕਹਿੰਦਾ ਵੀ ਟਿਕਟ ਨੂੰ ਪੈਸੇ ਘੱਟਦੇ ਨੇ ਵੀ ਦਿੰਦੇ। ਇਹ ਤੋਂ ਬਾਅਦ ਤੁਸੀਂ ਆਲਾ ਅਧਿਕਾਰੀ ਨੂੰ ਮਿਲੇ ਹੋ? ਪੁਲਿਸ ਅਧਿਕਾਰੀਆਂ ਨੂੰ? ਪੁਲਿਸ ਅਧਿਕਾਰੀਆਂ ਨੇ ਮੈਂ ਜੀ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਖਿਲਾਫ਼ ਜੀ। ਹੁਣ ਤੱਕ ਜੀ ਕੀ ਕਾਰਵਾਈ ਹੋਈ ਆ? ਹੁਣ ਤੱਕ ਜੀ ਉਹ ਬਸ ਬੁਲਾਈ ਗਈ, ਸੁਣਾਈ ਹੋਈ ਨਹੀਂ ਕੋਈ ਜੀ। ਇਹਦਾ ਕੇਸ ਦਰਜ ਹੋ ਚੁੱਕਿਆ ਹੈ ਨਾ, ਗ੍ਰਿਫਤਾਰੀ ਪਈ ਹੈ ਜੀ? ਨਹੀਂ ਹਾਲੇ ਸਾਨੂੰ ਨਹੀਂ ਪਤਾ ਜੀ ਗ੍ਰਿਫਤਾਰੀ ਦਾ ਜੀ। ਕੋਈ ਫੋਨ ਵਗੈਰਾ ਤੇ ਧਮਕੀਆਂ ਵੀ? ਹਾਂਜੀ ਇਹਨਾਂ ਦਾ ਕੋਈ ਚਾਚਾ ਪਾਣੀ ਕੌਣਾ ਜੀ, ਉਹ ਮੈਨੂੰ ਕੈਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਅਦ ਜਾ, ਯਾਨੀ ਅੱਗੇ ਜਿਹੜੀ ਰਿਪੋਰਟ ਦਿੱਤੀ ਆ ਵੀ ਵਾਪਸ ਲੈ ਲੈਂਦੀ ਤੈਨੂੰ ਜਾਨੂ ਮਾਰ ਦਾਂਗੇ। ਉਹਦੀ ਵੀ ਰਿਕਾਰਡਿੰਗ ਵਗੈਰਾ ਹੈਗੀ? ਹਾਂਜੀ ਰਿਕਾਰਡਿੰਗ ਹੈਗੀ ਜੀ ਮੇਰੇ ਕੋਲ। ਕਿਸੇ ਪੁਲਿਸ ਅਧਿਕਾਰੀ ਦੇ ਵੀ ਨਾਂ ਲੈ ਰਿਹਾ ਹੋਵੇ? ਕਿਸੇ ਅਫਸਰ ਦਾ ਨਾਂ ਲੈ ਰਿਹਾ ਜੀ ਕਿਸੇ ਦਾ। ਹਾਂਜੀ ਹੁਣ ਕੀ ਮੰਗ ਕਰਦੇ ਹੋ? ਮੰਗ ਇਹ ਚਾਹੁੰਦੇ ਵੀ ਸਾਨੂੰ ਵੀ ਇਨਸਾਫ ਦਵਾਇਆ ਵੀ ਜਲਦੀ ਜਲਦੀ ਇਹਦੇ ਗ੍ਰਿਫਤਾਰ ਹੋਵੇ, ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ। ਜਿਹੜਾ ਤੁਸੀਂ ਬਾਹਰ ਗਏ ਸੀ ਕਿੰਨਾ ਕੁ ਲੋਨ ਲਿੱਤਾ ਹੋਣਾ ਤੁਸੀਂ, ਕਿਉਂਕਿ ਹਾਲਾਤ ਤੁਹਾਡੇ ਜਿਹੜੇ ਘਰਦੇ ਨੇ ਉਹ ਠੀਕ ਨਹੀਂ ਲੱਗਦੇ ਹੈਗੇ, ਕਿੰਨਾ ਕੁ ਲੋਨ ਲਿੱਤਾ ਸੀ ਅਤੇ ਉੱਥੋਂ ਆਉਣ ਲਈ ਕਿੰਨੀ ਕੁ ਤੁਹਾਨੂੰ ਜਦੋਂ ਜਹਿਦ ਕਰਨੀ ਪਈ? ਐਂ ਜੀ ਮੈਂ 5% 'ਤੇ ਵਿਆਜ 'ਤੇ ਪੈਸੇ ਫੜੇ ਹੋਏ ਸੀ ਜੀ, ਉਹਦਾ ਹੁਣ ਵੀ ਵਿਆਜ ਦੇ ਰਿਹਾ ਜੀ, ਕੁਝ ਲੋਨ ਚੱਕ ਕੇ ਦਿੱਤੇ ਨੇ ਜੀ। ਹਾਂਜੀ ਅਤੇ ਉੱਧਰੋਂ ਵਾਪਸ ਕਿਵੇਂ ਆਏ ਫਿਰ? ਵਾਪਸ ਜੀ ਮੈਂ ਪੰਜਾਬ ਹੈਲਪ ਕੇਅਰ ਦੀ ਆਇਆ ਜੀ, ਉਹਨਾਂ ਨੇ ਕਢਵਾਇਆ ਵੀਰ ਉਹਨਾਂ ਨੇ ਜੀ। ਦਿਲਪ੍ਰੀਤ ਨਾ
ਹਾਂਜੀ ਹਾਂਜੀ ਦਿਲਪ੍ਰੀਤ ਨਾ ਹਾਂਜੀ ਮੈਨੂੰ ਅੱਜ ਪਤਾ ਲੱਗਿਆ ਸੀ ਗਾ ਮੈਂ ਤੁਹਾਨੂੰ ਇਹ ਕਹਿਣਾ ਸੀ ਮੈਂ ਤੁਹਾਨੂੰ ਵਾਰਨਿੰਗ ਦੇਣੀ ਆ ਵੀ ਤੁਸੀਂ ਜਿੰਨਾ ਜ਼ੋਰ ਲਾਉਣਾ ਮੇਰਾ ਲੱਗੇ 10 ਲੱਖ ਮੇਰਾ ਲੱਗੇ 20 ਲੱਖ ਮੈਂ ਭੂਤੀਆਂ ਘੁਮਾ ਦੇਣੀ ਸਾਰਿਆਂ ਦੀ ਤੁਹਾਨੂੰ ਦੱਸਦਾ ਪੈਸਾ ਇੱਕ ਨਹੀਂ ਦੇਣਾ ਪਰ ਮੈਨੂੰ ਸਾਰੀ ਸਟੋਰੀ ਪਤਾ ਲੱਗ ਗਈ ਆ ਮੈਂ ਤੁਹਾਨੂੰ ਦੱਸ ਦੇਣਾ ਡੀ ਆਈ ਜੀ ਅਸ਼ੀਸ਼ ਚੌਧਰੀ ਮੇਰਾ ਫਰੈਂਡ ਆ ਐਡਮਿਨਿਸਟ੍ਰੇਟਰ 4 ਫਲੋਰ ਤੇ ਬੈਠਦਾ ਆ ਮੈਂ ਹਾਲੇ ਤੱਕ ਉਹਨੂੰ ਫੋਨ ਨਹੀਂ ਕਰਿਆ ਮੈਨੂੰ ਤਾਂ ਅੱਜ ਹੀ ਪਤਾ ਲੱਗੀ ਸਾਰੀ ਸਟੋਰੀ ਜਿਹੜੀ ਨਹੀਂ ਇੱਕ ਤੁਸੀਂ ਤਾਂ ਮੇਰੀ 10 ਲੱਗੇ ਮੇਰੀ 20 ਲੱਗੇ ਮੇਰਾ 30 ਲੱਗੇ ਮੇਰਾ 50 ਲੱਗੇ ਮੈਂ ਤੁਹਾਨੂੰ ਦੱਸਦਾ ਤੁਸੀਂ ਅੱਜ ਜਿਹੜੀ ਉਹਨੂੰ ਇੱਕ ਤੁਸੀਂ ਇੱਕ ਕਮੈਂਟ ਕਰਿਆ ਉਹਨੂੰ ਅੱਜ ਵੀ ਮੇਰੀ ਬਾਂਹ ਟੁੱਟੀ ਆ ਮੇਰੀ ਬਾਂਹ ਠੀਕ ਹੈ 10 ਲੱਗੇ 20 ਲੱਗੇ ਤੁਸੀਂ ਠੀਕ ਕਰਾਉਣੀ ਆ ਮੈਂ ਹੁਣ ਤੁਹਾਨੂੰ ਇਹ ਕਹਿ ਰਿਹਾ ਮੇਰਾ 20 ਲੱਗ ਜੇ ਮੇਰਾ 50 ਲੱਖ ਵੀ ਲੱਗ ਗਿਆ ਮੇਰਾ 1 ਕਰੋੜ ਵੀ ਲੱਗ ਗਿਆ ਨਾ ਮੈਂ ਭੂਤੀਆਂ ਘੁਮਾ ਦੇਣੀ ਸਾਰਿਆਂ ਨੂੰ ਨਹੀਂ ਹੁਣ ਤੁਸੀਂ ਧਮਕੀ ਦੇ ਰਹੇ ਹੋ ਕਿ ਸਮਝਾ ਕੈਨੇਡਾ 'ਚ ਬੈਠਾ ਚਲੋ ਠੀਕ ਹੈ ਤੁਹਾਨੂੰ ਤੁਸੀਂ ਧਮਕੀ ਸਮਝ ਲਓ ਇਹਨੂੰ ਜੋ ਮਰਜ਼ੀ ਸਮਝ ਲਓ ਹਰਾਸਮੈਂਟ ਕਰ ਰਹੇ ਹੋ ਉਹਨਾਂ ਨੂੰ ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਆ ਚਲੋ ਠੀਕ ਹੈ ਜੀ ਮੈਂ ਹੁਣ ਆਹੀ ਗੱਲ ਰੱਖੀ ਹੋਈ ਠੀਕ ਹੈ ਜੀ ਮੈਂ ਇਹਨਾਂ ਕੋਈ ਗੱਲ ਨਹੀਂ ਚਲੋ ਠੀਕ ਹੈ ਮੈਂ ਅੱਜ ਹੀ ਡੀ ਆਈ ਜੀ ਸਾਹਿਬ ਨੂੰ ਫ
ਹੁਣ ਇਹ ਕਰ ਰਹੇ ਹੋ ਨਾ ਥਾਣਾ 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 ਖੇਡਦੇ ਹੋ, ਤੁਸੀਂ ਕੇਸ ਕਰ ਰਹੇ ਹੋ, ਅਸੀਂ ਆਹ ਕਰਨਾ ਥਾਣਾ ਕਰਨਾਗੇ, ਧਮਕਾਣਾ ਕਰਨਾਗੇ, ਤੁਸੀਂ ਉਹ ਜਿਹੜਾ ਸਾਡੇ ਨਾਲ ਖੇਡਾਂ ਹੀ ਖੇਡਣ ਲੱਗੇ ਹੋਏ ਹੋ, ਉਹ ਸਾਰੀਆਂ ਖੇਡਾਂ ਹੁਣ ਤੁਹਾਨੂੰ ਖੜਾਵਾਂ। ਮਨਪ੍ਰੀਤ ਕੌਰ ਨਾਲ ਚਮਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਣਯੋਗ ਐਸ ਐਸ ਪੀ ਸਾਹਿਬ ਨੂੰ, ਉਹਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ। ਚਮਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਇੱਥੇ ਏਜੰਟੀ ਦਾ ਕੰਮ ਕਰਦਾ ਸੀ ਸਮਰਾਲੇ, ਉਹਨੇ ਦੁਬਈ ਭੇਜਣ ਵਾਸਤੇ ਵਰਕ ਪਰਮਿਟ 'ਤੇ ਪੈਸੇ ਲਏ ਸੀਗੇ, ਪਰ ਉਹਨੂੰ ਵਰਕ ਪਰਮਿਟ ਦੀ ਬਜਾਏ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜ਼ੇ 'ਤੇ ਭੇਜ ਦਿੱਤਾ ਗਿਆ, ਅਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ। ਫਿਰ ਕਾਫੀ ਇਹਨਾਂ ਦੀ ਜਦੋ ਜਹਿਦ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਟੀਮ, ਉਹਨੇ ਉੱਥੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਵਾ ਕੇ ਘਰ ਬੁਲਵਾਇਆ, ਇਹ ਹੁਣ ਇੰਡੀਆ ਆਇਆ ਹੋਇਆ, ਅਤੇ ਉਹਦੇ ਸੰਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ਼ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈਗਾ। ਸਰ ਕੋਈ ਉਹਨਾਂ ਵੱਲੋਂ ਕੋਈ ਫੋਨ ਕਾਲ ਵਗੈਰਾ ਥਰੈਟ ਵਗੈਰਾ ਵੀ ਦਿੱਤੀਆਂ ਗਈਆਂ ਵੀ ਕੋਈ ਅਫਸਰਾਂ ਨਾਲ ਕੁਛ ਹੈ? ਨਹੀਂ, ਉਹਨਾਂ ਤੋਂ ਉਹਦੇ ਵਿੱਚ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥਰੈਟ ਕੀਤਾ ਗਿਆ, ਉਹਦੇ ਸੰਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ, ਉਹ ਆਲਰੇਡੀ ਪਰਚਾ ਦਰਜ ਹੈ। ਜਿਹੜਾ ਪਰਚਾ ਹੈਗਾ ਉਹ ਅੰਡਰ ਸੈਕਸ਼ਨ 406, 420, 504, 506 ਅਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਸਰ ਇਹਦੀ ਗ੍ਰਿਫਤਾਰੀ ਹੋ ਚੁੱਕੀ? ਨਹੀਂ, ਅਜੇ ਨਹੀਂ ਹੋਈ, ਰੇਡਾਂ ਜਾਰੀ ਨੇ।